ਹੈਲੋ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਯੂਟਿਊਬ ਚੈਨਲ ਤੇ। ਤੇ ਅੱਜ ਆਪਾਂ ਬਣਾ ਰਹੇ ਹਾਂ ਜੀ ਪਾਲਕ ਦੇ ਪਰੌਂਠੇ, ਜਿਹੜੇ ਕਿ ਬਹੁਤ ਹੀ ਸੌਫਟ ਤੇ ਬਹੁਤ ਹੀ ਵਧੀਆ ਬਣਦੇ ਨੇ। ਪਾਲਕ ਸਰਦੀਆਂ ਵਿੱਚ ਫਰੈਸ਼ ਪਾਲਕ ਆਉਂਦੀ ਹੈ, ਆਪਾਂ ਨੂੰ ਖਾਣੀ ਵੀ ਚਾਹੀਦੀ ਹੈ ਕਿਸੇ ਨਾ ਕਿਸੇ ਹਿਸਾਬ ਨਾਲ। ਆਪਾਂ ਬੱਚਿਆਂ ਨੂੰ ਇਹ ਪਾਲਕ ਜ਼ਰੂਰ ਖਵਾਉਣੀ ਚਾਹੀਦੀ ਹੈ, ਪਾਲਕ 'ਚ ਬਹੁਤ ਸਾਰੇ ਗੁਣ ਹੁੰਦੇ ਨੇਗੇ। ਸੋ ਆਪਾਂ ਇਹਦੇ ਵਿੱਚ ਥੋੜ੍ਹਾ ਜਿਹਾ ਪਾਵਾਂਗੇ ਜੀ ਅਦਰਕ ਦਾ ਟੋਟਾ, ਅਤੇ ਦੋ ਤਿੰਨ ਲਿੱਤੀਆਂ ਹਰੀਆਂ ਮਿਰਚਾਂ, ਅਤੇ ਥੋੜ੍ਹੀਆਂ ਲਿੱਤੀਆਂ ਜੀ ਆਪਾਂ ਲਸਣ ਦੀਆਂ ਕਲੀਆਂ। ਇਹਨੂੰ ਆਪਾਂ ਮਿਕਸੀ ਦੇ ਵਿੱਚ ਗ੍ਰੈਂਡ ਕਰਾਂਗੇ ਪਾਲਕ ਨੂੰ। ਲਓ ਜੀ, ਪਾਲਕ ਨੂੰ ਆਪਾਂ ਪੀਸ ਲਿੱਤਾ। ਇੱਧਰ ਲਿੱਤੇ ਜੀ ਆਪਾਂ ਗੇਹੂੰ ਦਾ ਆਟਾ। ਇਹਦੇ ਵਿੱਚ ਥੋੜ੍ਹੀ ਜਿਹੀ ਪਾਵਾਂਗੇ ਆਪਾਂ ਸੂਜੀ, ਥੋੜ੍ਹੀ ਜਿਹੀ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਜੈਨ, ਥੋੜ੍ਹੀ ਜਿਹੀ ਪਾਵਾਂਗੇ ਜੀ ਆਪਾਂ ਚਿੱਲੀ ਫਲੈਕਸ, ਨਮਕ ਪਾਵਾਂਗੇ ਟੇਸਟ ਮੁਤਾਬਕ, ਥੋੜ੍ਹੀ ਜਿਹੀ ਪਾਵਾਂਗੇ ਜੀ ਲਾਲ ਮਿਰਚ, ਥੋੜ੍ਹਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਧਨੀਆ, ਸੁੱਕੇ ਧਨੀਏ ਦਾ ਪਾਊਡਰ। ਇਹਨੂੰ ਸਾਰੇ ਨੂੰ ਮਿਕਸ ਕਰਾਂਗੇ। ਜਿਵੇਂ ਆਪਾਂ ਚੰਗੀ ਤਰ੍ਹਾਂ ਨਾ ਪਹਿਲਾਂ ਇਹ ਵਿੱਚ ਮਿਕਸ ਕਰਾਂਗੇ, ਅਤੇ ਜੇ ਪਾਣੀ ਦੀ ਲੋੜ ਪਈ ਤਾਂ ਥੋੜ੍ਹਾ ਜਿਹਾ ਕੋਸਾ ਜਿਹਾ ਪਾਣੀ ਨਾਲ ਆਪਾਂ ਇੱਕ ਆਟਾ ਗੁੰਨਾਂਗੇ। ਲਓ ਜੀ, ਆਟਾ ਆਪਾਂ ਗੁੰਨ ਲਿਆ, ਸੌਫਟ ਜਿਹਾ ਆਟਾ ਦੇਖੋ। ਅਤੇ 10 ਮਿੰਟ ਵਾਸਤੇ ਆਪਾਂ ਇਹਦੇ ਵਿੱਚ ਸੂਜੀ ਪਾਈ ਹੋਈ ਹੈ ਜੀ, 10 ਮਿੰਟ ਵਾਸਤੇ ਆਪਾਂ ਇਹਨੂੰ ਇੱਕ ਰੈਸਟ ਦਵਾਵਾਂਗੇ, ਕੱਪੜੇ ਦੇ ਨਾਲ ਢੱਕ ਦਾਂਗੇ। 10 ਮਿੰਟਾਂ ਬਾਅਦ ਜੀ ਬਣਾਵਾਂਗੇ ਪਰੌਂਠੇ। ਲਓ ਜੀ, 10 ਮਿੰਟ ਹੋ ਚੁੱਕੇ ਨੇ, ਇੱਕ ਵਾਰ ਆਪਾਂ ਨੂੰ ਥੋੜ੍ਹਾ ਜਿਹਾ ਘਿਓ ਲਾ ਕੇ ਫਿਰ ਚੰਗੀ ਤਰ੍ਹਾਂ ਆਟੇ ਨੂੰ ਕਰ ਡੋ ਦੇ ਲਾਂਗੇ ਇਸ ਤਰ੍ਹਾਂ। ਥੋੜ੍ਹਾ ਜਿਹਾ ਲਾਵਾਂਗੇ ਸੁੱਕਾ ਆਟਾ, ਸਾਰੇ ਕਿਤੇ ਥੋੜ੍ਹਾ ਜਿਹਾ ਆਪਾਂ ਲਾਵਾਂਗੇ ਜੀ ਘਿਓ। ਚੌਰਸ ਬਣਾਉਣਾ ਚੌਰਸ ਬਣਾਓ, ਗੋਲ ਬਣਾਉਣਾ ਗੋਲ ਬਣਾਓ। ਫਿਰ ਤੋਂ ਥੋੜ੍ਹਾ ਜਿਹਾ ਸੁੱਕਾ ਆਟਾ ਲਾਵਾਂਗੇ, ਜਿਹੜਾ ਪਾਲਕ ਹੈ ਜੀ ਇਹ ਆਪਾਂ ਨੂੰ ਜ਼ਰੂਰ ਖਾਣਾ ਚਾਹੀਦਾ ਹੈ ਕਿਸੇ ਨਾ ਕਿਸੇ ਰੂਪ ਵਿੱਚ। ਇਹ ਆਪਣੀ ਸਕਿਨ ਨੂੰ ਕਲੀਨ ਵੀ ਕਰਦਾ ਹੈ, ਅਤੇ ਆਪਣੇ ਵਾਲਾਂ ਵਾਸਤੇ ਹੱਡੀਆਂ ਨੂੰ ਵੀ ਮਜ਼ਬੂਤ ਕਰਦਾ ਹੈ। ਇਹ ਪਾਲਕ ਜਿਹੜਾ ਹੈਗਾ ਇਹਦੇ ਵਿੱਚ ਆਇਰਨ ਵੀ ਹੁੰਦਾ ਹੈ। ਹਰੀ ਸਬਜ਼ੀਆਂ ਦੇ ਵਿੱਚ ਜ਼ਰੂਰ ਆਪਾਂ ਨੂੰ ਖਾਣੀਆਂ ਚਾਹੀਦੀਆਂ ਨੇ, ਅਤੇ ਇਹਦੇ ਵਿੱਚ ਪਾਲਕ 'ਚ ਵਿਟਾਮਿਨ ਏ ਵੀ ਹੁੰਦਾ ਜਿਹੜਾ ਕਿ ਆਪਣੀਆਂ ਅੱਖਾਂ ਵਾਸਤੇ ਬਹੁਤ ਜ਼ਰੂਰੀ ਹੁੰਦਾ ਹੈ।
ਦੇਖੋ ਜੀ ਕਿੰਨਾ ਵਧੀਆ ਸੋਫਟ ਪਰੌਂਠਾ ਇਹ, ਬਹੁਤ ਹੀ ਵਧੀਆ। ਅਤੇ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਬਣਾ ਕੇ ਦੇਖਿਓ। ਇਹ ਆਪਣੇ ਇਹ ਹੈਲਦੀ ਵੀ ਹੈ ਅਤੇ ਤਾਕਤ ਵਾਲਾ ਵੀ ਹੈ ਅਤੇ ਬਹੁਤ ਹੀ ਵਧੀਆ, ਖਾਣ 'ਚ ਵੀ ਬਹੁਤ ਸਵਾਦ ਹੈ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ, ਸਾਡੀ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਥੈਂਕ ਯੂ।